ਐਸ ਭਾਈ ਨੂੰ ਜਾਦੂ ਵਾਲਾ ਚਿਰਾਗ ਲੱਭ ਗਿਆ ਅੱਛਾ ਤੇ ਇਹਨੇ ਇੰਨਾ ਰੁਗੜਿਆ ਵਿਚਾਰਾ ਜਿੰਨ ਬਾਹਰ ਨਿਕਲਿਆ ਤੇ ਉਹਦਾ ਪਿੰਡਾ ਛਿੱਲਿਆ ਹੋਇਆ ਸਾਰਾ ਭੱਟ ਸਾਹਿਬ ਦਾ ਅੱਬਾ ਫੌਤ ਹੋ ਗਿਆ ਤੇ ਤੇਰਾ ਖਾਨ ਸਾਹਿਬ ਟੈਪ ਆ ਆਹਾ ਗਿਟਾਰ ਦੀ ਤਖਤੀ ਬਣਾ ਕੇ ਉੱਤੇ ਤਰੀਕ ਦੈਸ਼ ਲਿਖ ਦਿੱਤੀ ਉਹ ਗਿਟਾਰ ਦੀ ਭੱਟ ਸਾਹਿਬ ਉਹਨਾਂ ਨੇ ਭਾਈ ਬ੍ਰੈਂਡ ਬਣਾਇਆ ਲੂਡੋ ਦਾ ਮਿੱਠਾ ਸਾਹਿਬ ਆਪਣਾ ਬ੍ਰੈਂਡ ਲੂਡੋ ਦਾ ਹਾਂਜੀ ਆਪਣੀ ਜਾਣੀ ਤਿਆਰ ਕੀਤੀ ਆਪਣੀ ਕਾਰ ਸੱਪ ਵਾਲੀ ਜਗ੍ਹਾ ਤੇ ਪੂਰਾ ਸੱਪ ਬਣਾ ਕੇ ਮੋਟਾ ਤੇ ਉੱਤੇ ਬੁੜੇ ਦਾ ਸਿਰ ਲਾ ਦਿੱਤਾ ਹੋਰ ਥੋੜੀ ਦੇਰ ਨੂੰ ਅਹਿਵਾਲ ਖੁੱਲ ਜਾਣਗੇ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਸਾਜਿਦ ਮਿੱਠਾਪੁਰੀਆ ਅਤੇ ਤੁਸੀਂ ਦੇਖ ਰਹੇ ਹੋ ਮਿੱਠਾਪੁਰੀਆ ਰੋਡ ਸ਼ੋਅ। ਨਾਜ਼ਰੀਨ, ਇੱਕ ਵਾਰੀ ਫਿਰ ਗਾਜ਼ੀਆਬਾਦ, ਜਿੱਥੇ ਮੇਰੇ ਬੜੇ ਦੋਸਤ, ਬੜੇ ਪਿਆਰੇ, ਅੱਛੇ ਅੱਛੇ ਆਰਟਿਸਟ, ਅੱਛੇ ਫਨਕਾਰ ਰਹਿੰਦੇ, ਉਹਨਾਂ ਨੇ ਮੈਨੂੰ ਇੱਕ ਵਾਰੀ ਫਿਰ ਇਨਵਾਈਟ ਕੀਤਾ। ਤੁਸੀਂ ਇਹ ਚਿਹਰੇ ਜਾਣਦੇ ਹੋ, ਮਾਸ਼ਾਅੱਲਾ ਇਹ ਚਿਹਰੇ ਵੀ ਤੁਸੀਂ ਜਾਣਦੇ ਹੋ, ਇਹ ਚਿਹਰਾ ਤਾਂ ਤੁਸੀਂ ਬੜੀ ਵਾਰੀ ਦੇਖਿਆ ਮੇਰੇ ਨਾਲ। ਇਹ ਉਹ ਲੋਕ ਨੇ ਜਿਹੜੇ ਨਾਜ਼ਰੀਨ ਬੜੀ ਮਿਹਨਤ, ਬੜੀ ਐਫਰਟ, ਬੜੀ ਸਟਰਗਲ ਕਰ ਰਹੇ ਨੇ ਆਪਣੇ ਬੱਚਿਆਂ ਵਾਸਤੇ, ਆਪਣੇ ਮੁਲਕ ਵਾਸਤੇ, ਆਪਣੀ ਕੌਮ ਵਾਸਤੇ, ਤੁਹਾਡੇ ਵਾਸਤੇ। ਤੁਹਾਡੇ ਵਾਸਤੇ ਕਿਸ ਤਰ੍ਹਾਂ, ਤੁਸੀਂ ਕਹਿੰਦਾ ਕਿ ਇਹਨਾਂ ਦੀ ਇਨਕਮ 'ਚੋਂ ਸਾਨੂੰ ਕਿਹੜਾ ਪੈਸੇ ਮਿਲਦੇ, ਸਾਨੂੰ ਕਿਹੜਾ ਰਾਸ਼ਨ ਸੁਟਾ ਕੇ ਦਿੰਦੇ ਜਾਂ ਸਾਡੇ ਵੇਲੇ ਲਾਉਣ ਦੇ, ਲੇਕਿਨ ਨਹੀਂ ਇਹਦਾ ਤੁਹਾਨੂੰ ਇੰਟਰਟੇਨ ਕਰਨਾ ਕਹਿੰਦਾ ਕੌਮੇਡੀ ਜੁਗਤਾਂ ਸਿਰਫ ਤੁਹਾਡੇ ਵਾਸਤੇ ਸਾਰਾ ਕੁਛ। ਹੋਰ ਮੈਂ ਕੀ ਲੈ ਜਾਣਾ, ਮੈਨੂੰ ਇਹਨੇ ਕੀ ਹਿੱਸਾ ਲੈਣਾ ਵੀ ਮੈਂ ਕਿਹੜਾ ਕੋਈ ਬਹੁਤ ਪਰੇਸ਼ਾਨ ਹਾਂ। ਮਜੀਦ ਭਾਈ, ਤਬੀਅਤ ਸਿਹਤ ਮੇਰੇ ਯਾਰ ਦੀ ਕਿੱਦਾਂ? ਅਲਹਮਦੁਲਿਲਾ ਠੀਕ ਠਾਕ, ਤੁਸੀਂ ਸੁਣਾਓ ਭਾਈ। ਜਿੱਦਾਂ ਤੂੰ ਯਾਰ ਮਜੀਦ, ਮੈਨੂੰ ਕੋਈ ਗੱਲ ਦੱਸ, ਮੈਂ ਜਿੰਨੀ ਵਾਰੀ ਵੀ ਤੁਹਾਡੇ ਕੋਲ ਸ਼ੋਅ ਕਰਨਾ ਆ, ਹਾਲਾਂਕਿ ਕੋਈ ਟੈਨਸ਼ਨ ਨਹੀਂ, ਕੋਈ ਮਸਲਾ ਨਹੀਂ, ਇਹ ਇਹ ਜਵਾਬ ਦਿੰਦਾ ਮੈਂ ਥੱਲੇ ਨਹੀਂ ਜਾ ਕੇ। ਮੈਂ ਕੰਨੀ ਕਮਜ਼ੋਰ ਆ ਨਾ, ਇਹ ਤੈਨੂੰ ਤਾਂ ਹੋ ਜਾਂਦਾ ਵਾ। ਫਿਰ ਮੈਂ ਦੱਸਦਾ, ਤੂੰ ਕੰਨੀ ਵੀ ਕਮਜ਼ੋਰ ਆ ਤੇਰੀ, ਅਤੇ ਕੰਨੀਆਂ ਦਾ ਵੀ ਤੂੰ ਕਮਜ਼ੋਰ ਆ। ਵਸੀਮ ਭਾਈ, ਵਸੀਮ ਭਾਈ ਕਿਆ ਬਾਤ ਹੈ, ਐਕਸੈਂਟ ਹੀ ਬੜਾ ਮਜ਼ੇਦਾਰ ਆ ਵੀ। ਸੁਭਾਨ ਅੱਲਾ, ਮੇਰਾ ਯਾਰ ਸ਼ਹਿਜ਼ਾਦਾ, ਮਿਹਨਤੀ ਬੰਦਾ, ਹੱਥ ਨਾਲ ਕਰਕੇ ਖਾਣ ਵਾਲਾ ਬੰਦਾ ਵਾ। ਅਤੇ ਮਜੀਦ ਭਾਈ, ਸੋਰੀ ਮਜੀਦ ਭਾਈ, ਤਿਆਰ ਵਸੀਮ ਭਾਈ ਕਿੱਥੇ ਮਸਰੂਫ ਯਾਰ? ਓਕੇ, ਅੱਛਾ ਸਰ, ਮੈਨੂੰ ਦੱਸਣਾ ਵਾ ਤੁਹਾਡਾ ਨਾਮ ਕੀ ਆ? ਸੁਹੇਲ। ਸੁਹੇਲ ਸਾਹਿਬ, ਤੁਹਾਡਾ ਸੁਹੇਲ ਸਾਹਿਬ ਕੰਮ ਸ਼ਮ? ਸ਼ੁਕਰ ਅੱਲਾ ਪਾਕ ਦਾ, ਠੀਕ ਠਾਕ। ਕੀ ਕਹਿ ਰਹੇ ਸੀ ਵਸੀਮ ਭਾਈ ਤੁਸੀਂ? ਮੈਂ ਕਿਹਾ ਭਾਈ ਨੂੰ ਮਾਸ਼ਾਅੱਲਾ ਤੁਸੀਂ ਇੰਟਰਵਿਊ ਲਿਆ ਤੇ ਉਹਦਾ ਮੂੰਹ ਇਦਾਂ ਲੱਗਿਆ ਜਿਵੇਂ ਖਾਰਿਸ਼ ਵਾਲੀ ਕੰਘੀ ਹੁੰਦੀ। ਲਓ ਜੀ, ਕੰਮ ਕੰਮ ਤੁਰ ਪਿਆ। ਨਹੀਂ ਉਹ ਭਾਈ ਇਦਾਂ ਕਦ ਪਤਾ ਕਿਵੇਂ ਬੋਲਣ ਦਾ ਸੀ, ਪੰਪ ਚੱਕ ਦਾ ਫੜਿਆ ਗਿਆ ਇਸ ਕਰਕੇ ਚੁੱਕ ਪਿਆ ਗਈ ਭਾਈ। ਇੰਜ ਪਤਾ ਕਿਉਂ ਕਰਨ ਡਿਆ? ਇਹਦੀ ਨਾਫ ਪੱਕ ਗਈ ਹੋਈ ਆ। ਨਹੀਂ ਇੰਜ ਪਤਾ ਕਿਉਂ ਕਰ ਰਿਹਾ? ਝੋਲਾ ਪਿਆ ਭਾਈ ਨੂੰ। ਨਹੀਂ ਨਹੀਂ ਉਹ ਤਸੱਵਰ 'ਚ ਆਪਣੇ ਵੱਡਿਆਂ ਕੋਲ ਪਿਆਰ ਲੈ ਰਿਹਾ। ਨਹੀਂ ਉਹ ਕਹਿੰਦਾ ਮੈਂ ਅਦਬ ਕਰਦਾ ਵਾਂ ਭਾਈ, ਸ਼ੁਰੂ ਤੋਂ ਮੈਨੂੰ ਮੇਰੇ ਵੱਡਿਆਂ ਨੇ ਦੱਸਿਆ ਕਿ ਸ਼ੈਤਾਨ ਕੁੱਬਿਆਂ ਹੋ ਕੇ ਤੁਰਦਾ ਵਾ। ਇਹ ਭਾਈ ਜਹਾਜ਼ ਲੈ ਕੇ ਆਇਆ ਅਤੇ ਕਹਿੰਦੇ ਮੈਨੂੰ ਦੱਸਣ ਦਿਆ, ਕਹਿੰਦਾ ਭਾਈ ਮੇਰਾ ਭਾਈ ਜਹਾਜ਼ ਲੈ ਕੇ ਆਇਆ। ਅਤੇ ਮੈਂ ਕਿਹਾ ਫਿਰ? ਕਹਿੰਦਾ ਸਾਡਾ ਪੱਖਾ ਚੁੱਕ ਕੇ ਲੈ ਗਿਆ। ਜਹਾਜ਼ ਟੂਚਾ ਲੈ ਗਿਆ। ਇਸ ਭਾਈ ਨੂੰ ਜਾਦੂ ਵਾਲਾ ਚਿਰਾਗ ਲੱਭ ਗਿਆ। ਅੱਛਾ, ਅਤੇ ਇਹਨੇ ਇੰਨਾ ਰੁਗੜਿਆ ਵਿਚਾਰਾ ਜਿੰਨ ਬਾਹਰ ਨਿਕਲਿਆ ਤੇ ਉਹਦਾ ਪਿੰਡਾ ਛਿੱਲਿਆ ਹੋਇਆ ਸਾਰਾ। ਆ ਭਾਈ ਨੇ ਵੀ ਆਪਣੇ ਅੱਬੂ ਦਾ ਸਿਰ ਪਾ ਦਿੱਤਾ। ਮੈਂ ਕਿਹਾ ਕਿਉਂ ਪਾੜਿਆ? ਕਹਿੰਦਾ ਯਾਰ ਬਸੰਤ ਆ ਨਾ, ਡੋਰ ਲਾਉਣੀ ਹੈ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਲਾਈ। ਆ ਭਾਈ ਨੇ ਵੀ ਆਪਣੇ ਅੱਬੇ ਦਾ ਸਿਰ ਪਾ ਦਿੱਤਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਰੋਜ਼ ਹੀ ਬੋਲਦਾ ਰਹਿੰਦਾ ਐਵੇਂ ਮੈਨੂੰ। ਭਾਈ ਅਤਰ ਲੈ ਰਿਹਾ ਭਾਈ ਸ਼ਹਿਰੋਂ, ਅਤਰਾ ਲਾਉਣ ਵਾਲਾ। ਉਹ ਕਹਿੰਦਾ ਭਾਈ 100 ਰੁਪਏ ਦਾ, ਕਹਿੰਦਾ ਮਹਿੰਗਾ ਦੇ ਮਹਿੰਗਾ। ਖੈਰ ਆ, ਕਹਿੰਦਾ ਯਾਰ ਬੁੱਢੇ ਨੂੰ ਕੁੱਟਣਾ ਹੁੰਦਾ, ਅਤਰ ਤੋਂ ਬਗੈਰ ਮਜ਼ਾ ਨਹੀਂ ਆਉਂਦਾ। ਅਤਰ ਤੋਂ ਬਗੈਰ ਵਸੀਮ ਭਾਈ ਦਾ ਵੀ ਵਾਲਦ ਫੌਤ ਹੋ ਗਿਆ ਅਤੇ ਮਸਜਿਦ 'ਚ ਐਲਾਨ ਕਰਨ ਗਿਆ ਅਤੇ ਐਲਾਨ ਕਰਦਾ ਕਰਦਾ ਵਿੱਚ ਹੱਸ ਪਿਆ। ਭਾਈ ਉਹਨੇ ਦੋਨੇ ਭਰਾ ਡਾਂਸਰ ਸੀ ਅਤੇ ਇਹਨੇ ਆਪਣੇ ਵੱਡੇ ਭਰਾ ਦੀ ਬਾਂਹ ਤੋੜ ਦਿੱਤੀ। ਉਹ ਕਿਉਂ ਜੀ? ਮੈਂ ਕਿਹਾ ਕਿਉਂ ਤੋੜੀ ਆ? ਕਹਿੰਦਾ ਆਹ ਸਟੈਪ ਨਹੀਂ ਸਹੀ ਹੁੰਦਾ। ਬਾਂਹ ਤੋੜ ਕੇ ਮੁੜ ਕੇ ਉਹ ਆਹ ਸਟੈਪ ਕਰ ਰਿਹਾ ਅਤੇ ਐਂ ਲੱਗਣਾ ਜਿਵੇਂ ਲਾ ਚੌਸਾਂ ਪਟੰਗਿਆ ਹੈ। ਇਹਨਾਂ ਨੇ ਭਾਈ ਨਵੀਂ ਲੂਡੋ ਲਿਆਂਦੀ ਅਤੇ ਉੱਤੇ ਇਹਨਾਂ ਨੂੰ ਪਿੱਛੇ ਕਿਤੇ ਸੱਪ ਨਹੀਂ ਨਜ਼ਰ ਆਏ ਅਤੇ ਗੁਡੋਏ ਪਜਾਮਾ ਦੇ ਲਿਆ ਕੇ ਸੱਟਤੇ। ਆ ਭਾਈ ਹੁਣੀ ਇੰਨੇ ਪੰਜੇ ਪਕਾਉਂਦੇ ਹੁੰਦੇ ਸੀ ਅਤੇ ਇੱਕ ਦਿਨ ਥੋੜ੍ਹਾ ਜਿਹਾ ਹੱਥ ਸੌਖਾ ਹੋਇਆ ਅਤੇ ਘਰ ਮੁਰਗਾ ਪਕਾ ਲਿਆ ਅਤੇ ਸਾਰੇ ਪੰਜੇ ਖਲੋ ਕੇ ਤਾੜੀਆਂ ਮਾਰਨ ਦੇ। ਪੰਜੇ ਆਪ ਆ ਭਾਈ ਹੁਣਾਂ ਨੇ ਵੀ ਭਾਈ ਪੰਜੇ ਲਿਆਂਦੇ, ਪੰਜੇ ਲਿਆਂਦੇ ਅਤੇ ਪੰਜੇ ਭਾਈ ਪੱਕ ਰਹੇ ਆ ਅਤੇ ਨਾਲ ਬਾਹਰ ਨਿਕਲ ਨਿਕਲ ਕੇ ਇਹਨਾਂ ਦੇ ਲਾਨ ਤਾਂ ਪਾਉਣ ਦੇ। ਭੱਟ ਸਾਹਿਬ ਦਾ ਅੱਬਾ ਫੌਤ ਹੋ ਗਿਆ ਤਾਂ ਤੇਰਾ ਖਾਨ ਸਾਹਿਬ ਟੈਪ ਆ, ਆਹਾ ਗਿਟਾਰ ਦੀ ਤਖਤੀ ਬਣਾ ਕੇ ਉੱਤੇ ਤਰੀਕ ਦੈਸ਼ ਲਿਖ ਦਿੱਤੀ ਉਹ ਗਿਟਾਰ ਦੀ। ਆ ਭਾਈ ਹੁਣਾਂ ਨੇ ਵੀ ਭਾਈ ਪੰਜੇ ਲਿਆਂਦੇ, ਮੈਂ ਕਿਹਾ ਖੈਰ ਆ? ਕਹਿੰਦਾ ਮਹਿਮਾਨ ਆ ਰਹੇ। ਡੀਕ ਡੀਕ ਕੇ ਵਿਚਾਰਾ ਥੱਕ ਗਿਆ, ਬਾਅਦ 'ਚ ਸੌਣ ਲੱਗਾ, ਉਹਨਾਂ ਦੇ ਪਟਾਕੇ ਕੱਢ ਕੇ ਸੌਂ ਗਿਆ। ਭੱਟ ਸਾਹਿਬ ਉਹਨਾਂ ਨੇ ਭਾਈ ਬ੍ਰੈਂਡ ਬਣਾਇਆ ਲੂਡੋ ਦਾ ਮਿੱਠਾ ਸਾਹਿਬ ਆਪਣਾ। ਬ੍ਰੈਂਡ ਲੂਡੋ ਦਾ? ਹਾਂਜੀ, ਆਪਣੀ ਜਾਣੀ ਤਿਆਰ ਕੀਤੀ ਆਪਣੀ ਕਾਰ, ਸੱਪ ਵਾਲੀ ਜਗ੍ਹਾ 'ਤੇ ਪੂਰਾ ਸੱਪ ਬਣਾ ਕੇ ਮੋਟਾ ਤੇ ਉੱਤੇ ਬੁੜੇ ਦਾ ਸਿਰ ਲਾ ਦਿੱਤਾ। ਆ ਭਾਈ ਹੁਣੇ, ਆ ਭਾਈ ਇੰਨੇ ਪੰਜੇ ਖਾਂਦੇ ਸੀ, ਇੰਨੇ ਪੰਜੇ ਖਾਂਦੇ ਸੀ, ਸਾਡੇ ਤੋਂ ਪੰਜੇ ਹੀ ਬਾਹਰ ਆ ਗਏ।
ਭਾਈ ਹੁਣੀ ਵੀ ਇੰਨੇ ਪੰਜੇ ਖਾਂਦੇ ਸੀ, ਇਹਨਾਂ ਸਾਰਿਆਂ ਦੀਆਂ ਜ਼ਬਾਨਾਂ ਵੇਖੀਆਂ ਉੱਤੇ ਖਰਾਸ਼ਾਂ ਪਈਆਂ ਹੋਈਆਂ ਪੰਜਿਆਂ ਦੀਆਂ, ਸਾਰੀਆਂ ਜ਼ਬਾਨਾਂ ਵਾਟੀਆਂ। ਅੱਛਾ ਮਜੀਦ ਵਸੀਮ ਭਾਈ ਮੈਨੂੰ ਗੱਲ ਦੱਸਣੀ, ਤੁਸੀਂ ਤੁਹਾਡੀ ਕੰਮ ਕਿਹੜਾ ਕਰਦੇ? ਮੈਂ ਭਾਅ ਜੀ ਸੀਲਿੰਗ ਦਾ। ਸੀਲਿੰਗ ਦਾ ਤੁਸੀਂ ਮੈਨੂੰ ਪਹਿਲੇ ਵੀ ਦੱਸਿਆ ਸੀ, ਮੈਨੂੰ ਇੱਦਾਂ ਲੱਗਦਾ ਮੇਰੇ ਭਰਾ ਨੇ ਕੋਈ ਕੰਮ ਚੇਂਜ ਕਰ ਲਿਆ ਹੋਣਾ, ਲੇਕਿਨ ਹਲੇ ਸੀਲਿੰਗ ਦਾ ਹੀ ਆ। ਮਜੀਦ ਭਾਈ ਤੁਸੀਂ ਜਿਹੜੀਆਂ ਜੁਗਤਾਂ ਸ਼ੁਗਤਾਂ ਸਾਰੀਆਂ ਤਿਆਰ ਕਰਦੇ ਹੈ, ਇਹ ਬਕਾਇਦਾ ਦੀ ਕੋਈ ਟ੍ਰੇਨਿੰਗ ਤਿਆਰ ਕਰਦੇ ਬੈਠੇ ਕਿ ਐਵੇਂ ਫਿਲਮ ਦੀ ਆ? ਬਸ ਜੀ ਇਹ ਅੱਲਾ ਦੀ ਇੱਕ ਮਿਹਰ ਆ, ਬਹੁਤ ਹੋ ਗਿਆ ਤੇ ਇਹਨਾਂ ਨੇ ਦਫਨਾਇਆ ਨੀ, ਉਹਨਾਂ ਨੂੰ ਚਾਰ ਪਾਵੇ ਲਾ ਕੇ ਬਹਿਣ ਵਾਲਾ ਸਟੂਲ ਬਣਾ ਲਿਆ। ਇਹਨਾਂ ਦੇ ਵੀ ਵਾਲਦ ਸਾਹਿਬ ਭਾਈ ਫੌਤ ਹੋ ਗਏ, ਇਹਨਾਂ ਦੇ ਚਲੋ ਕਿਸੇ ਦੇ ਲਾ ਲਓ। ਹਾਂਜੀ ਹਾਂਜੀ ਭਾਈ ਉਹਨਾਂ ਦੇ ਵੀ ਅੱਬੂ ਫੌਤ ਹੋ ਗਏ ਤਾਂ ਸਾਰੇ ਭਰਾ ਕਵਰ ਕੱਢਣ ਡੇ ਅਤੇ ਇਹ ਲੱਕੜਾਂ ਲੱਭਣ ਡਿਆ। ਮੈਂ ਕਿਹਾ ਕੀ ਕਹਿੰਦੇ ਇਹਨਾਂ ਕੋਲ ਨਹੀਂ ਕੱਢੀ ਜਾਣੀ, ਇਹ ਸਾੜ ਨਹੀਂ ਪੈਣਾ। ਬਟ ਸਾਹਿਬ ਉਹਨਾਂ ਦੇ ਘਰ ਭਾਈ ਗੈਸ ਲੱਗਣ ਲੱਗਾ, ਉਹਨਾਂ ਨੇ ਟੋਇਆ ਪੱਟਿਆ ਅਤੇ ਇਹਨੇ ਖੱਪ ਪਾ ਦਿੱਤੀ, ਉਹ ਕਹਿੰਦਾ ਸੁਰੰਗ ਕੱਢ ਕੇ ਸਾਡੇ ਘਰ ਵੜਨ ਲੱਗਾ ਜੀ ਓਏ। ਇਹਨਾਂ ਦੇ ਵੀ ਭਾਈ ਗੈਸ ਲਾਉਣ ਵਾਲੇ ਮੀਟਰ ਲਾਉਣ ਵਾਲੇ ਆਏ, ਉਹਨਾਂ ਨੇ ਇੰਜ ਕਰਕੇ ਪੈਪ ਕੱਢਿਆ ਤੇ ਉੱਥੇ ਤੀਲੀ ਬਾਲ ਕੇ ਕਹਿੰਦਾ ਪਹਿਲੇ ਸਿਗਰਟ ਤੇ ਲਵਾ ਮੈਨੂੰ। ਕਿਲੋ ਚਾਵਲ ਲੈ ਲੈਂਦੇ ਫਰਮੈਸ਼ਾਂ ਦੇ ਗਾਲੀਆਂ, ਪੁੱਠੀ ਮੰਜੀ ਕਰਕੇ ਚਾਵਲ ਪੁੰਨ ਰਹੇ। ਜੀ ਚਾਚਾ ਜੀ, ਚਾਚਾ ਮੈਂ ਇੱਕ ਹਿਸਾਬ ਲਾਇਆ ਵਾ, ਇਸ ਟਾਈਮ ਭਾਈ ਵਸੀਮ ਅਤੇ ਮਜੀਦ ਅਤੇ ਆਹ ਨਿਓਲਾ ਟੈਪ ਤੁਹਾਡੀ ਇਹਨਾਂ ਤੋਂ ਲੱਤ ਭਾਰੀ ਆ। ਅੱਛਾ ਜੀ ਚਾਚਾ ਜੀ, ਅਗਰ ਤੁਸੀਂ ਇਸ ਤਰ੍ਹਾਂ ਹੀ ਨੇ ਮੈਂ ਤੁਹਾਨੂੰ ਜਾਣ ਲੈ ਕੇ ਇਨਾਮ ਦਿਆਂਗਾ। ਅੱਛਾ, ਚਾਹੇ ਤਾਂ ਕੱਪ ਦੇ ਦਿਓ ਖਾਲੀ। ਨਾ ਯਾਰ, ਬਜ਼ੁਰਗ ਆ ਸਾਡੇ ਚਾਚਾ ਜੀ, ਇਹ ਚਾਚਾ ਇਹ ਕੌਮੇਡੀ ਹੋਏ ਨੇ। ਕਰੋ ਖਾਲਾ ਜੀ ਨੇ ਥੋੜ੍ਹਾ ਜਿਹਾ ਵੀ ਪਿਆਰ ਕੀਤਾ ਤਾਂ ਮੂੰਹ ਮੱਥਾ ਸੋਹਣਾ ਬਣਦਾ। ਤਾਂ ਖਾਲਾ ਨੂੰ ਸਮਝਾਉਣਾ ਸੀ ਨਾ ਸਹੀ ਪਿਆਰ ਕਰੇ। ਮਜੀਦ ਭਾਈ ਆਪਣੇ ਸਹੁਰਿਆਂ ਦੇ ਗਿਆ ਤੇ ਉਹ ਮੁਹੱਲੇ ਵਾਲੇ ਕਹਿਣ ਡੇ, ਸਹੁਰਿਆਂ ਨੂੰ ਪਤਾ ਹੀ ਨੀ ਹਲੇ, ਮੁਹੱਲੇ ਵਾਲੇ ਕਹਿਣ ਡੇ ਉਹ ਭੁੱਖ ਆ ਗਈ। ਸਹੇਲ ਭਾਈ ਵੀ ਭਾਈ ਆਪਣੇ ਸਹੁਰਿਆਂ ਦੇ ਗਿਆ, ਕਹਿੰਦਾ ਯਾਰ ਇੱਥੇ ਕੰਮ ਬੜਾ ਕਰਾਉਂਦੇ, ਉੱਥੇ ਚਾਰ ਦਿਨ ਸੁੱਖ ਦੇ ਕੱਟ ਕੇ ਹੁੰਦੇ, ਅਤੇ ਅੱਗੇ ਗਿਆ ਅਤੇ ਅੱਗੇ ਉਹਨਾਂ ਨੇ ਭਾਈ ਮਕਾਨ ਢਾਏ, ਅਤੇ ਕਦੀ ਦਾਵੜਾ ਭਰ ਕੇ ਛੱਤ 'ਤੇ ਜਾ ਰਿਹਾ, ਕਦੀ ਰੇਤ ਭਰ ਕੇ ਜਾ ਰਿਹਾ। ਮਜੀਦ ਭਾਈ ਵੀ ਆਪਣੇ ਸਹੁਰਿਆਂ ਦੇ ਗਿਆ ਭਾਈ, ਇਹਦੀ ਸੱਸ ਨੇ ਇਹਨੂੰ ਵੇਖਿਆ ਹੀ ਹਲੇ, ਅਤੇ ਬੱਕਰੇ ਚਲਾ ਲਾ ਕੇ ਇਹਨੂੰ ਗਾਲਾਂ ਕੱਢਣ ਡੀ, ਵੇ ਫੁੜਕੀ ਪੈਣਿਆਂ ਦੇ ਆ ਭਾਈ, ਪਰਾਂ ਗਿਆ ਵੇ ਤੂੰ ਕਿੱਧਰ ਆ ਗਿਆ ਵਾ। ਆ ਭਾਈ ਭਾਈ ਬੁੱਢੇ ਨੂੰ ਡਰਾਉਣ ਦਾ ਕਰਕੇ ਇਹਨੇ ਕੰਨ 'ਤੇ ਬਿੱਛੂ ਬਣਾ ਕੇ ਅਤੇ ਉਹਦੇ ਕੰਨਾਂ 'ਚ ਤੀਲੀਆਂ ਮਾਰਨ ਦਿਆ। ਬਟ ਹੁਣੀ ਆਪਣੇ ਬੁੜੇ ਨੂੰ ਇੰਨਾ ਕੁ ਕੁੱਟਦੇ ਹੁੰਦੇ ਸੀ, ਇੰਨਾ ਕੁ ਭਾਈ ਉਹ 'ਤੇ ਅਸਰ ਹੀ ਨਹੀਂ ਸੀ ਹੁੰਦਾ, ਅਤੇ ਰਾਤ ਨੂੰ ਸੁੱਤੇ ਪਏ ਉਹਦੇ ਸਿਰਾਣੇ ਪਿੱਛੇ ਭਾਈ ਰੱਖਤਾ ਆਂਡਾ ਚਾਵਲ ਰੱਖਤਾ। ਬਟ ਦਾ ਮਿੱਠਾ ਸਾਹਿਬ ਅੱਬਾ ਫੌਤ ਹੋ ਗਿਆ ਅਤੇ ਕੁਲਾਂ ਵਾਲੇ ਦੇ ਨਹੀਂ ਮਾਈ ਦਾ ਦੂਸਰਾ ਵਿਆਹ ਰੱਖਤਾ, ਕਹਿੰਦਾ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਖਰਚਾ ਬਚ ਜੇ। ਖਰਚਾ ਬਚ ਜੇ ਆ ਭਾਈ ਘਰ, ਇਹਨਾਂ ਆ ਭਾਈ ਘਰ ਸੱਪ ਵੜ ਗਿਆ ਅਤੇ ਕੁਛ ਨਹੀਂ ਲੱਭਾ, ਵਾਪਸੀ ਇੰਨਾ ਹੀ ਨਿਕਲਿਆ। ਭਾਈ ਦੇ ਵੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਤਾਂ ਉਹਨਾਂ ਨੂੰ ਇੰਟਰਟੇਨਮੈਂਟ ਕਰਨ ਡਿਆ, ਕਹਿੰਦਾ ਆਓ ਤੁਹਾਨੂੰ ਸ਼ੇਰ ਦੀ ਆਵਾਜ਼ ਕੱਢ ਕੇ ਸੁਣਾਵਾਂ, ਸਾਰੇ ਤਵੱਜੋ ਹੋ ਗਏ, ਕਹਿੰਦਾ ਆਓ ਉਹ ਸਾਰੇ ਨੇ ਉਹ ਕਿੱਦੜੀ ਸ਼ੇਰ ਕੱਢ ਸ਼ੇਰ। ਤਾਰਕ ਜੀ ਸ਼ੋਅ 'ਚ ਗਿਆ, ਕਹਿੰਦਾ ਵੋ ਕੌਨ ਸਾ ਜਾਨਵਰ ਹੈ ਜਿਸਕੇ ਮੂੰਹ ਮੇਂ ਦਾਂਤ ਨਹੀਂ, ਅਤੇ ਜਲਦੀ ਜਲਦੀ ਹੱਥ ਖੜਾ ਕਰਕੇ ਕਹਿੰਦਾ ਮੇਰੀ ਦਾਦੀ। ਇਹਨਾਂ ਨੇ ਭਾਈ ਜਹਾਜ਼ ਲੈ ਲਿਆ ਜਹਾਜ਼, ਅਤੇ ਉਹਨੂੰ ਪੌੜੀ ਬਾਂਸ ਦੀ ਲਾਈ ਹੋਈ, ਭਾਈ ਹੁਣੇ ਬੈਰੀ ਜਹਾਜ਼ 'ਚ ਬਹਿ ਗਏ, ਗੱਡੀ ਜਹਾਜ਼ ਤੋਰਨ ਨਹੀਂ ਦੱਸੀ, ਕਹਿੰਦਾ ਅਗਲੀਆਂ ਸਵਾਰੀਆਂ ਅੱਗੇ ਲੈ ਲਈ ਗੱਡੀ ਦਾ ਤੋੜ। ਯਾਰ ਤੈਨੂੰ ਗਾਣਾ ਆਉਂਦਾ ਕੋਈ ਸੌਂਗ? ਸੌਂਗ ਆਉਂਦਾ ਕੋਈ ਫਨੀ ਕਿਹੜਾ? ਬੜਾ ਮਜ਼ੇਦਾਰ ਮੇਰਾ ਚਾਚਾ ਵਾ, ਉਹ ਪਹਿਲੇ ਵੀ ਸਾਡੇ ਕੋਲ ਸ਼ੋਅ 'ਚ ਆਇਆ। ਸੁਭਾਨ ਭਾਈ ਤੁਹਾਡੀ ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਸ਼ਹੂਰ ਅਸੀਂ ਤੁਹਾਡੇ ਕਿ ਤੁਸੀਂ ਸਾਨੂੰ ਮਾਸ਼ਾਅੱਲਾ ਬੜੇ ਅੱਛੇ ਤਰੀਕੇ ਨਾਲ ਬੋਰ ਕੀਤਾ ਹੈ, ਅਤੇ ਤੁਹਾਡੀ ਖੈਰ ਵਿੱਚ ਆਇਓ ਤੁਸੀਂ, ਮਾਲਕ ਤੁਹਾਡੀ ਜ਼ਿੰਦਗੀ ਕਰਦੇ ਪਹੁੰਚੋ, ਅੱਲਾ ਖੈਰ ਕਰੇ ਤੇਰੀ, ਤੂੰ ਦੱਸ ਕੀਤੀ ਹੈ ਤਾਂ ਮਾਸ਼ਾਅੱਲਾ ਦੱਸੇ ਫਿੱਕੀਆਂ, ਫਿੱਕੀਆਂ ਦਾ ਪਲੜਾ ਭਾਰੀ ਹੋ ਗਿਆ ਤੇਰਾ, ਸੁਭਾਨ ਬੜਾ ਅੱਛਾ ਮੁੰਡਾ ਵਾ, ਲੇਕਿਨ ਪਤਾ ਨਹੀਂ ਕੀ ਗੱਲ ਹੈ 5-7 ਸਾਲ ਤੋਂ ਚੱਲਣ ਨਹੀਂ ਰਿਹਾ। ਨੌਨਾਜ਼ਰੀਨ ਮੇਰੇ ਨਾਲ ਚਾਚਾ ਜੀ
ਕਰੈਕਟਰ ਚੇਂਜ ਸੁਭਾਨ ਦੀ ਜਗ੍ਹਾ ਚਾਚਾ ਜੀ ਐਨ ਚਾਚਾ ਜੀ ਸੁਭਾਨ ਅੱਲਾ ਐਵੇਂ ਹੀ ਮੁਹੱਲੇ ਦੇ ਵਿੱਚ ਭਾਈ ਖਲੋਤਾ ਗਾਲਾਂ ਕੱਢਣ ਦਿਆ ਉੱਤੇ ਨੂੰ ਮੂੰਹ ਕਰ ਗਏ ਭਾਈ ਚੁੱਪ ਹੀ ਨਹੀਂ ਹੋਣ ਦਿਆ ਜੀ ਮਾਈ ਨੇ ਫਿਰ ਉੱਤੋਂ ਇੱਕ ਨੇ ਥੁੱਕ ਸਿੱਟ ਦਿੱਤਾ ਵਿਚਾਰਾ ਫਿਰ ਮਜੀਦ ਭਾਈ ਨੇ ਭਾਈ ਰੰਗੀਨ ਬੈੱਡ ਆਪਣੇ ਵਿਹੜੇ 'ਚ ਉਡਾਇਆ ਹੋਇਆ ਆਪਣੇ ਅੱਬਾ ਜੀ ਨੂੰ ਅਤੇ ਗੋਲ ਤਕੀਏ 'ਤੇ ਲੰਮਾ ਪਾਇਆ ਹੋਇਆ ਅਤੇ ਮੈਨੂੰ ਕਹਿੰਦਾ ਛੱਤ 'ਤੇ ਆ ਛੱਤ 'ਤੇ ਮੈਂ ਗਿਆ ਕਹਿੰਦਾ ਵੇਖੀਏ ਥੁੱਕ ਸੁੱਟ ਮੇਰਾ ਸਿੱਧਾ ਮੇਰੀ ਅੱਬੇ ਦੀ ਅੱਖ 'ਚ ਜਾਣਾ ਕਹਿੰਦਾ ਮੈਂ ਕਿਹਾ ਯਾਰ ਮੇਲੇ 'ਤੇ ਗਏ ਅਤੇ ਮੈਂ ਕਿਹਾ ਯਾਰ ਚੱਲ ਤੂੰ ਵੀ ਧਮਾਲ ਪਾ ਕਹਿੰਦਾ ਅੱਗੇ ਕਈ ਦਰਬਾਰਾਂ ਤੋਂ ਇਸੇ ਵਜ੍ਹਾ ਤੋਂ ਮੈਨੂੰ ਕੁੱਟ ਪਈ ਮੈਂ ਵਿੱਚ ਬ੍ਰੇਕ ਡਾਂਸ ਕਰਨ ਲੱਗ ਪਿਆ ਡਾਕਟਰ ਹੁੰਦਾ ਸੀ ਆ ਬਟ ਸਾਹਿਬ ਡਾਕਟਰ ਹੁੰਦਾ ਸੀ ਤਾਂ ਨਾਲ ਖੁਸਰਾ ਵੀ ਸੀ ਥੋੜ੍ਹਾ ਥੋੜ੍ਹਾ ਆਪਰੇਸ਼ਨ ਕਰਨ ਲੱਗਾ ਪਾੜਾ ਵੇਖੀ ਕਹਿੰਦਾ ਹੈ ਮੈਂ ਮਰ ਗਈ ਮੇਰੇ ਦਿਲ ਘਬਰਾ ਗਿਆ ਮਰ ਲੈਂਦੇ ਕਦੇ ਜੇ ਭਾਈ ਹੋਰਾਂ ਨੂੰ ਕੋਈ ਗੱਲ ਐ ਭਾਈ ਹੋਰਾਂ ਦੇ ਘਰ ਆ ਗਏ ਮਹਿਮਾਨ ਉਹਨਾਂ ਕਹੇ ਯਾਰ ਕੋਈ ਹੁੱਕਾ ਤਾਂ ਲੱਭ ਕੇ ਲਿਆਓ ਇਹ ਹੁੱਕਾ ਕਹਿੰਦਾ ਨਹੀਂ ਹੈਗਾ ਸਾਡੇ ਘਰ ਮੇਰੇ ਸਿਰ 'ਤੇ ਅੱਗ ਲਾ ਕੇ ਮੇਰੇ ਨੱਕ ਨਾਲ ਸਾਹ ਖਿੱਚੋ ਹੁੱਕੇ ਦਾ ਮਜ਼ਾ ਆਏਗਾ ਰਾਜੇ ਹੋਣਾ ਘਰ ਵੀ ਪ੍ਰਾਹੁਣੇ ਜਦੋਂ ਕਿਤੇ ਆ ਜਾਣ ਅਬਲ ਤਾਂ ਆਉਂਦੇ ਹੀ ਨਹੀਂ ਉਹ ਜਦੋਂ ਆਉਣ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਉਹਨੇ ਜਾਂਦਿਆਂ ਸਾਡੇ ਕੋਲ 200 ਲੈਣਾ ਵਾ ਅਤੇ ਫਿਰ ਕੁਛ ਖਵਾਉਣਾ ਜੀ ਭਾਈ ਪਰੇਸ਼ਾਨੀ ਲੱਗਣ ਡਈ ਕੋਈ ਤੇਰਾ ਇੱਕੋ ਜਿਹਾ ਟਰੈਕ ਹੋ ਗਿਆ ਸਰ ਭੈਣ ਤੁਹਾਡੇ ਆਉਣ ਤੋਂ ਪਹਿਲੇ ਸ਼ਾਹਕੋਟੋ ਪੈਦਲ ਆਇਆ ਜੁੱਤੀ ਟੁੱਟੀ ਇਹਨੂੰ ਮਸੀਤੋਂ ਅੱਜ ਚੁੱਕ ਕੇ ਦਿੱਤੀ ਉਸੇ ਸੋਚ 'ਚ ਕਿ ਕਾਰੀ ਸਾਹਿਬ ਫੜ ਨਾ ਲੈਣ ਆ ਗਾਣਾ ਸੁਣਾਓ ਤੂੰ ਤੇ ਮੇਰੀ ਅੱਖੀਂ ਘਰ ਕੇ ਬਹਾਨੇ ਅਸਾਂ ਹੈ ਰਾਤ ਸਾਰੀ ਟਾਲੀ ਚੰਨਾ ਕਦੋਂ ਆਵੇਂਗਾ ਸਵੇਰੇ ਹੋਣ ਵਾਲੀ ਘਰ ਕੇ ਬਹਾਨੇ ਅਸਾਂ ਹੈ ਰਾਤ ਸਾਰੀ ਟਾਲੀ ਵੇਖਿਆ ਨਾ ਮੁੱਖ ਤੇਰਾ ਤਾਰੇ ਸਾਰੇ ਲੁਕ ਗਏ ਮੋਤੀਏ ਦੇ ਫੁੱਲ ਮੇਰੀ ਬਾਹਾਂ ਵਿੱਚ ਸੁੱਕ ਗਏ ਮੁੱਕਣੀ ਨੀ ਆਸ ਤੇਰੀ ਜਗ ਤੋਂ ਨਿਰਾਲੀ ਹੈ ਕਰਕੇ ਬਹਾਨੇ ਅਸਾਂ ਹੈ ਰਾਤ ਸਾਰੀ ਟਾਲੀ ਹੋਰ ਥੋੜ੍ਹੀ ਦੇਰ ਨੂੰ ਅਵਾਲ ਖੁੱਲ ਜਾਣਗੇ ਅਜਿਹੇ ਸਮੇਤ ਮੇਰੇ ਹੰਝੂ ਡੁੱਲ ਜਾਣਗੇ ਕਿਵੇਂ ਮੈਂ ਬਜਾਵਾਂ ਜਿਹੜੀ ਆਪੇ ਅੱਗ ਬਾਲੀ ਕਰਕੇ ਬਹਾਨੇ ਅਸਾਂ ਹੈ ਰਾਤ ਸਾਰੀ ਟਾਲੀ ਲਓ ਨਾਜ਼ਰੀਨ ਭਾਅ ਜੀ ਨੇ ਨਾ ਸਾਰਾ ਕਸੂਰ ਇਸ ਚਾਚੇ ਦਾ ਮੇਰੇ ਉਹ ਅਗਲਾ ਚਾਚਾ ਵੀ ਠਾਰਤਾ ਵਾ ਉਹ ਚਾਚਾ ਵਿਚਾਰਾ ਬੜਾ ਸ਼ਰੀਫ ਇਨਸਾਨ ਸੀਗਾ ਹੈ ਇਹਨਾਂ ਮੁਹੱਲੇ ਦਾ ਲੇਕਿਨ ਇਹਨਾਂ ਦਾ ਆਪਸ 'ਚ ਮਜ਼ਾਕ ਆ ਮੁੜ ਕੇ ਇਹਨਾਂ ਕਹਿੰਦਾ ਬਜ਼ੁਰਗਾਂ ਕੋਲ ਵਿਸਤ ਹੋਣ ਡੇ ਨਹੀਂ ਚਾਚਾ ਜੀ ਦਾ ਆਪਸ 'ਚ ਬੜਾ ਪਿਆਰ ਸੀਗਾ ਇਹਨੂੰ ਮੈਂ ਚਾਚੇ ਨੂੰ ਆਪ ਹੀ ਕਿਹਾ ਮੈਂ ਕਿਹਾ ਤੁਸੀਂ ਨੱਥੀ ਹੋ ਜਾਓ ਸਾਡਾ ਭਾਈ ਆਏ ਬੜੇ ਅੱਛੇ ਔਰ ਮਾਸ਼ਾਅੱਲਾ ਪੂਰੀ ਤਿਆਰੀ 'ਚ ਆਏ ਆ ਔਰ ਕਿਆ ਬਾਤ ਆ ਇਹ ਮੈਨੂੰ ਦੱਸਿਆ ਮਜੀਦ ਭਾਈ ਨੇ ਕਿ ਗਾਣਾ ਗਾਉਂਦੇ ਔਰ ਗਾਣਾ ਸੁਣਾਂਗੇ ਤੁਸੀਂ ਵੀ ਸੁਣਨਾ ਅਸੀਂ ਵੀ ਸੁਣਨਾ ਵਾ ਚਾਚਾ ਜੀ ਤੁਸੀਂ ਗਰੰਟੀ ਦਿੰਦੇ ਹੋ ਉਸ ਬੱਚੇ 'ਤੇ ਕਿ ਗਾਣਾ ਸਹੀ ਗਾਏਗਾ ਮੂੰਹ ਤੋਂ ਤਾਂ ਲੱਗਦਾ ਵਾ ਕਿ ਨਹੀਂ ਗਾਏਗਾ ਸਹੀ ਹਾਂਜੀ ਲੇਕਿਨ ਦਰਦ ਤਾਂ ਲੱਗਦਾ ਇਹਦੀ ਧੌਣ ਦੇ ਵਿੱਚ ਮੈਨੂੰ ਗਰਦ ਹੈ ਵਾ ਥੋੜ੍ਹਾ ਜਿਹਾ ਨਾ ਮਸਲਾ ਹੈ ਵਾ ਹੈ ਹੀ ਆ ਤੁਸੀਂ ਬਾਕੀ ਗਾਣਾ ਗਾਉਂਦੇ ਹੋ ਹਾਂਜੀ ਨਹੀਂ ਤੇ ਪਹਿਲੇ ਕਦੀ ਕਿਤੇ ਐਡੀਸ਼ਨ ਦਿੱਤਾ ਵਾ ਜਾਂ ਕੋਈ ਕੇਸਟ ਆਈ ਆਪਣੀ ਨਹੀਂ ਭਾਈ ਭਾਅ ਜੀ ਇਹ ਕਹਿੰਦਾ ਗਾਣਾ ਗਾਉਂਦਾ ਮੂੰਹ ਤੋਂ ਕਸਾਈਆਂ ਦਾ ਕੰਮ ਕਰਦਾ ਲੱਗਦਾ ਵੇਖੋ ਤਾਂ ਸਹੀ ਜਰਾ ਇਹ ਗਾ ਕੇ ਬੈਠਾ ਢਾਉਂਦਾ ਅੱਛਾ ਜੀ ਗਾ ਕੇ ਛੁਰੀ ਫੇਰਦਾ ਹਨਾ ਮਾਸ਼ਾਅੱਲਾ 100 ਵਾਰੀ ਕਣਕ ਦੀ ਥੱਲੀ ਇਹ ਚੁੱਕਿਆ ਨਾ ਥੱਲੋਂ ਇਦਾਂ ਦੀ ਚੂਹੀ ਨਿਕਲਦੀ ਇਦਾਂ ਦੀ ਕਿ ਇਦਾਂ ਦੀ ਇਦਾਂ ਦੀ ਭਾਅ ਜੀ ਤੁਸੀਂ ਗਾਣੇ ਤੇ ਰਹਿਣਾ ਮੈਂ ਤੁਹਾਡੀ ਪਹਿਲੀ ਗੱਲ ਤੋਂ ਹਿਸਾਬ ਲਾ ਲਿਆ ਤੁਸੀਂ ਟੋਰੀ ਲੱਠੇ ਦਾ ਸੂਟ ਪਾ ਕੇ ਤੁਰਿਆ ਜਾਣ ਡਿਆ ਤੇ 5-6 ਨਿਆਣਿਆਂ ਦੇ ਪਿੱਛੇ ਤਲਾਮਾ ਪਾ ਦਿੱਤੀ ਕਹਿੰਦੇ ਬੁੱਢਾ ਹੋ ਗਿਆ ਪੂਰੇ ਮੁਹੱਲੇ 'ਚ ਖੱਪ ਪਾਈ ਕਹਿੰਦਾ ਵੇਖੀ ਤੇਰਾ ਭਰਾ ਯਾਰ ਕੀ ਬਸੰਤ ਬਣਾਉਂਦਾ ਲੱਠੇ ਦਾ ਸੂਟ ਪਾ ਕੇ ਦੂਰ ਦੂਰ ਕੰਨੀਆਂ ਦੇਣ ਜਾ ਰਿਹਾ ਉਹ ਭਾਈ ਵੀ ਭਾਈ ਜੰਗਲ 'ਚ ਚਲ ਗਿਆ ਉੱਥੇ ਭਾਈ ਜਾ ਕੇ 2 ਮਿੰਟ ਸੁੱਤਾ ਹੀ ਹੈ ਤਾਂ ਇਹਦੇ ਯਾਰਾਂ ਸੱਜਣਾਂ ਨੇ ਨਾਲ ਹੀ ਬੇਰੀ ਦੇ ਪੱਤੇ ਲਿਆਂਦੇ ਇਹਨੂੰ ਨਵਾਉਣ ਲਈ ਬਟ ਵੀ ਭਾਈ ਯੂਰਪ 'ਚ ਸਮੁੰਦਰ 'ਤੇ ਜ਼ਲੀਲ ਹੋ ਰਿਹਾ ਭਾਈ ਅੱਛਾ ਧੋਤੀ ਬੰਨੀ ਹੋਈ ਅਤੇ ਭਾਈ ਅਵਾਲੂ ਚੱਲੀ ਖਾ ਰਿਹਾ ਉੱਥੇ ਅੰਗਰੇਜ਼ਾਂ ਐਸੀ ਫੈਮਿਲੀ ਆ ਐਸੀ ਇਹ ਫੈਮਿਲੀ ਆ ਭਾਈ ਕਿਤੇ ਟੂਰ 'ਤੇ ਜਾਣ ਅਤੇ ਨਾਲ ਪਤੀਲੇ ਦਾ ਢੱਕਣ ਲੈ ਕੇ ਜਾਂਦੇ ਆ ਕੈਦੀ ਕੈਦੀ ਖੇਲਣ ਲਈ
ਸਾਰਾ ਟੱਬਰ ਪੂਰਾ ਜਰਾਬਾ ਪਾ ਕੇ ਸੌਂਦਾ ਭਾਈ ਰਜਾਈਆਂ ਛੋਟੀਆਂ ਨਾ ਇਹਨਾਂ ਦੀਆਂ ਕੱਦ ਵੱਡੇ ਪੂਰੇ ਟੱਬਰ ਨੂੰ ਨੱਚਣ ਦਾ ਬਹੁਤ ਸ਼ੌਕ ਆ ਬਾਹਰ ਮੈਂ ਆਇਆ ਮੈਂ ਕਿਹਾ ਭਾਈ ਸਹਿਲ ਘਰ ਆ ਖਾਲਾ ਨਿਕਲੀ ਕਹਿੰਦੀ ਨਹੀਂ ਉਹ ਐਨੂੰ ਗਿਆ ਭਾਈ ਵੀ ਮੈਨੂੰ ਫੋਨ ਕਰਕੇ ਕਹਿਣ ਯਾਰ ਫੈਸਲਾਬਾਦ 'ਚ ਕੋਈ ਟੋਰੀ ਢੋਲ ਵਾਲਾ ਮੈਂ ਕਿਹਾ ਕੀ ਗੱਲ ਭਰਾ ਦੀ ਸ਼ਾਦੀ ਆ ਕਹਿੰਦਾ ਨਹੀਂ ਬੁੜਾ ਆਖਰੀ ਸਾਵਾਂ 'ਤੇ ਆਣਾ ਭਾਈ ਇਹਦਾ ਬੁੱਢਾ ਇੰਨਾ ਬਿਸਤ ਹੋਇਆ ਮੁਹੱਲੇ 'ਚੋਂ ਇੰਨਾ ਬਿਸਤ ਹੋਇਆ ਅਤੇ ਬਾਜਿਆਂ ਵਾਲਿਆਂ ਨੂੰ 500 ਦੇ ਕੇ ਅਤੇ ਉੱਥੇ ਬੂਹੇ ਅੱਗੇ ਢੋਲ ਵੀ ਵਜਵਾਉਂਦੇ ਮੈਨੂੰ ਖੁਸ਼ੀ ਹੋ ਬੁੜਾ ਖੰਘਿਆ ਫੁੱਲ ਖੂਨ ਦੀ ਉਲਟੀ ਆਈ ਲੱਕ 'ਚ ਚੰਡ ਮਾਰ ਕੇ ਕਹਿੰਦਾ ਕੰਮ ਤੋਂ ਛੁੱਟੀ ਨਹੀਂ ਕਰਨੀ ਚੱਲ ਕੰਮ 'ਤੇ ਇਹਦਾ ਬੁੜਾ ਵੀ ਫੁੱਲ ਖੂਨ ਦੀਆਂ ਉਲਟੀਆਂ ਕਰ ਰਿਹਾ ਉਹਦਾ ਇਲਾਜ ਨਹੀਂ ਕਰਾਉਣ ਡੇ ਅਤੇ ਐਵੇਂ ਕਹੀ ਜਾਣੇ ਪਾਨ ਖਾਣ ਡਿਆ ਵਾ ਪਾਨ ਆ ਵੇਖ ਲਓ ਭਵਾਂ ਜਿੱਥੇ 100-150 ਬੰਦੇ ਨੇ ਤੇਰੇ ਤੇ ਲਾਨਤ ਪਾਈ ਲਓ ਇਹਦਾ ਤਾਂ ਪੂਰੀ ਕੇਸਟ ਵਾ ਤੂੰ ਕਹਿੰਦਾ ਇਹਦਾ ਤਾਂ ਮੇਰੀ ਪੂਰੀ ਕੇਸਟ ਆਈ ਹੋਈ ਆ ਇੱਦਾਂ ਤਾਂ ਪੂਰੀ ਕੇਸਟ ਆਈ ਹੋਈ ਆ ਫਿਰ ਭੈਣ ਚਲੋ ਜੀ ਐਨੋ ਕੋਈ ਵੀ ਬਾਪੂ ਸੀ ਸਮਝਾਉਂਦਾ ਬੱਚੀ ਪੁੱਤਾ ਮਤਲਬੀ ਲੋਕਾਂ ਤੋਂ ਬਾਪੂ ਸੀ ਸਮਝਾਉਂਦਾ ਬੱਚੀ ਪੁੱਤਾ ਮਤਲਬੀ ਲੋਕਾਂ ਤੋਂ ਫਾਇਦਾ ਨੇ ਚੁੱਕ ਜਾਂਦੇ ਉੱਪਰ ਉੱਠ ਕੇ ਸੋਚਾਂ ਤੋਂ ਤੇਰੇ ਨਾਲ ਖੜੇ ਆ ਗੱਲ ਬਸ ਸੌਖੇ ਵੇਲੇ ਦੀ ਔਖੇ ਵੇਲੇ ਨਾਲ ਤਾਂ ਕੋਈ ਵਿਰਲਾਈ ਖੜਦਾ ਏ ਲੰਡੂ ਬੰਦਿਆਂ ਦੇ ਨੰਬਰ ਤੇ ਬਰਦਰ ਨਾ ਲਿਖ ਲਈ ਜਦ ਕਰਨੇ ਪੈਣ ਡਿਲੀਟ ਤਾਂ ਗੁੱਸਾ ਬਾਲਾ ਚੜਦਾ ਏ ਮੂੰਹ ਤੇ ਵੀਰਾ ਵੀਰਾ ਪਿੱਠ ਤੇ ਮਾੜਾ ਕਹਿੰਦੇ ਰੇ ਮੂੰਹ ਤੇ ਵੀਰਾ ਵੀਰਾ ਪਿੱਠ ਤੇ ਮਾੜਾ ਕਹਿੰਦੇ ਰੇ ਦੁਸ਼ਮਣ ਦੋਸਤ ਬਣ ਕੇ ਸਾਡੇ ਵਿੱਚ ਹੀ ਬਹਿੰਦੇ ਰੇ ਯਾਰੀ ਜ਼ਿੰਦਾਬਾਦ ਕਹਿੰਦੇ ਸੀ ਪਾ ਕੇ ਜੱਫੀਆਂ ਨੇ ਪਿੱਠ ਪਿੱਛੋਂ ਕਰਦੇ ਮਾੜਾ ਸਾਲੇ ਬਸ ਸਾਲੇ ਵੀ ਕਹਦੇ ਕੋਈ ਨਹੀਂ ਕੁਛ ਨਹੀਂ ਲਾਦਾ ਤੇ ਨੂੰ ਕਹਦੇ ਯਾਰ ਬਹੁਤ ਸੀ ਗਾਣਾ ਤਾਂ ਸੋਹਣਾ ਅੱਛਾ 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 ਗਾਇਆ ਯਾਰ ਬਹੁਤ ਸਿੱਖਿਆ ਚਾਚਾ ਜੀ ਇਹਦੇ ਗਾਣੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਭੈਣ ਇਹਦੇ ਗਾਣੇ ਤੋਂ ਇਹਦੀ ਸ਼ਾਇਰੀ ਤੋਂ ਪਤਾ ਲੱਗਾ ਕਿ ਘਰੋਂ ਤੰਗ ਹੀ ਆ ਪਹਿਲੇ ਬਦਮਾਸ਼ ਹੁੰਦਾ ਸੀ ਸ਼ਾਇਰੀ ਆ ਉਹਦੀ ਉਹੀ ਆ ਮੈਂ ਤਾਂ ਕਿ ਮੁੰਡਾ ਨਾ ਘਰੋਂ ਸਤਾਇਆ ਹੀ ਆ ਅਤੇ ਲਿਆਦਾ ਇਹਦੇ ਅਸੀਂ ਬਾਪ ਨੂੰ ਰਿਕੁਐਸਟ ਕਰਦੇ ਹਾਂ ਯਾਰ ਇੱਥੇ ਜ਼ਿਆਦਾ ਸ਼ਫਕਤ ਕਰ ਜਿੱਦਾਂ ਦੇ ਉਹਨੇ ਲਿਬਾਸ ਪਾਇਆ ਵੇਸ ਕੋਟ ਘੜੀ ਇਹ ਪੱਪੂ ਸ਼ੱਪੂ ਬਣਿਆ ਤੁਹਾਨੂੰ ਲੱਗਦਾ ਵੀ ਇਹ ਤੰਗ ਹੋਏਗਾ ਉਹ ਨਹੀਂ ਉਹ ਤੇ ਰਾਤੀ ਗੇਮ ਪਾਈ ਸੀ ਅਸੈਂਬਲੀ ਹਾਲ 'ਚ ਬੈਠਾ ਤੇ ਭਾਈ ਉਹ ਸਾਰੇ ਕਰ ਰਹੇ ਤਜ਼ਾਕਰਾਤ ਕਿ ਭਾਈ ਕੀ ਕਰ ਰਹੇ ਮੁਨਾਜ਼ਰਾਤ ਕਰ ਰਹੇ ਉਹ ਮੁਨਾਜ਼ਰਾਤ ਨਹੀਂ ਮਜ਼ਾਕਰਾਤ ਕਰ ਰਹੇ ਮੁਲਕ ਦੇ ਮੁਤਲਕ ਅਤੇ ਉੱਠ ਕੇ ਕਹਿਣ ਦਿਆ ਜਨਾਬੇ ਸਪੀਕਰ ਕੋਈ ਫਿਲਮ ਦਾ ਨਹੀਂ ਕੋਈ ਪ੍ਰੋਗਰਾਮ ਹੈ ਅਗਲੇ ਸ਼ੋਅ ਚ ਸਾਨੂੰ ਅਗਲੇ ਸ਼ੋਅ ਤੱਕ ਲਈ ਇਜਾਜ਼ਤ ਦਿਓ ਦੇਖਦੇ ਰਹੋ ਮਿੱਠਾ ਪੁਰੀ ਰੋਡ ਸ਼ੋਅ ਬਸ ਇਹ ਕਹਿਣਾ ਲਓ ਜੀ ਨਾਜ਼ਰੀਨ ਆਪਣਾ ਬੜਾ ਬੜਾ ਖਿਆਲ ਰੱਖਣਾ ਮਿੱਠਾ ਪੁਰੀਆ ਦੀ ਟੀਮ ਬਹੁਤ ਅੱਛੀ ਆ ਔਰ ਬਹੁਤ ਨਾਈਸ ਬੰਦੇ ਨੇ ਇਹਨਾਂ ਦਾ ਬੜਾ ਖਿਆਲ ਰੱਖੋ ਔਰ ਇਹਨਾਂ ਦੇ ਸ਼ੋਅ ਨੂੰ ਲਾਈਕ ਕਰੋ ਪਸੰਦ ਕਰੋ ਮਿੱਠਾ ਪੁਰੀਆ ਰੋਡ ਸ਼ੋਅ ਜ਼ਿੰਦਾਬਾਦ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿੱਠਾ ਪੁਰੀ ਰੋਡ ਸ਼ੋਅ ਅੱਲਾਹ ਹਾਫਿਜ਼ ਮਿਲਦੇ ਆ ਅਗਲੇ ਪ੍ਰੋਗਰਾਮ ਤੱਕ ਲਈ ਇਨਸ਼ਾਅੱਲਾ ਆਪਾਂ ਚਾਚਾ ਜੀ ਇਹ ਭਾਈ ਮਜੀਦ ਭਾਈ ਵਸੀਮ ਭਾਈ ਸਾਰੇ ਇਨਸ਼ਾਅੱਲਾ ਮਹੀਨੇ 'ਚ ਇੱਕ ਦਾ ਸ਼ੋਅ ਪਾਉਣਾ ਕਰਦੇ ਰਹਾਂਗੇ ਤੁਸੀਂ ਮਜ਼ਾ ਲੈਣਾ ਔਰ ਹੈਪੀ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਲਾਹ ਹਾਫਿਜ਼